ਵੱਖੋ ਵੱਖ ਜਿਹੜੇ ਮੈਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦਾ ਵੀ ਕੋਈ ਵੀ ਨਸ਼ੇ ਦਾ ਸੇਵਨ ਕਰਕੇ ਮੇਲੇ 'ਚ ਨਾ ਆਇਓ। ਹਾਂਜੀ, ਇਹ ਬਾਬਾ ਸਿੱਧ ਸੁਲੱਖਣ ਜੋ ਕਿ ਜੱਟ ਪਰਿਵਾਰ ਦੇ ਵਿੱਚ ਪੈਦਾ ਹੋਏ ਬਾਬਾ ਜੀ ਦਾ ਸਿੱਖੋਂ ਗੋਤ ਆ ਜੀ, ਅਤੇ ਗੁੱਗਾ ਜ਼ਹਿਰ ਪੀਰ ਅਤੇ ਬਾਬਾ ਸਿੱਧ ਸੁਲੱਖਣ ਜੀ ਦੀ ਕਿਰਪਾ ਨਾਲ ਇਹ ਜਿਹੜਾ ਦਰਬਾਰ 'ਤੇ ਮੇਲਾ ਲੱਗਦਾ ਵਾ ਹਰ ਸਾਲ, ਅਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਅਤੇ ਹਰੇਕ ਸਾਲ ਇੱਥੇ ਆ ਕੇ ਆਪਣਾ ਸ਼ੁਕਰੀਆ ਅਦਾ ਕਰਕੇ ਜਾਂਦੇ ਨੇ। ਅਤੇ ਬਾਹਰੋਂ ਸੰਗਤ ਆਉਂਦੀਆਂ ਫੋਰਨ ਤੋਂ, ਕੈਨੇਡਾ, ਅਮਰੀਕਾ, ਇੰਗਲੈਂਡ, ਜਿੰਨੀਆਂ ਕੰਟਰੀਆਂ, ਅਤੇ ਹਰੇਕ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ। ਲੋਕ ਬਹੁਤ ਸ਼ਰਧਾ ਭਾਵਕ ਨਾਲ ਇਹ ਮੇਲਾ ਮਨਾਉਂਦੇ ਆ ਅਤੇ ਬੜੀ ਦੂਰੋਂ ਦੂਰੋਂ ਸੰਗਤ ਜੁੜੀ ਹੋਈ ਹੈ ਦਰਬਾਰ। ਸਰ ਵੱਡੀ ਗੱਲ ਜੇ ਆਪਾਂ ਗੱਲ ਕਰੀਏ ਜੀ, ਫਿਲਮਾਂ ਦੇ ਵਿੱਚ ਹੀ ਅਸੀਂ ਉਹ ਪੁਰਾਣਾ ਰੰਗਲਾ ਪੰਜਾਬ ਦੇਖਦੇ ਹਾਂ, ਪਰ ਅਸਲ ਦੇ ਵਿੱਚ ਹਲੇ ਵੀ ਅਜਿਹੇ ਮੇਲੇ ਜਾਂ ਅਜਿਹੀਆਂ ਧਾਰਮਿਕ ਸਥਲ ਨੇ ਜਿੱਥੇ ਤੁਹਾਨੂੰ ਅਸਲ ਪੰਜਾਬ ਨਜ਼ਰ ਆਉਂਦਾ ਹੈ। ਪਰ ਛਪਾਰ ਦਾ ਮੇਲਾ ਉਹ ਮੇਲਾ ਵਾ ਜਿੱਥੇ ਤੁਸੀਂ ਪੰਜਾਬ ਰੰਗਲਾ ਹੀ ਦੇਖ ਸਕਦੇ ਹੋ। ਤੁਸੀਂ 10 ਦਿਨ ਆਓ, ਮੈਂ ਤੁਹਾਡੇ ਚੈਨਲ ਦੇ ਥਰੂ ਕਹਿਣਾ ਸੰਗਤਾਂ ਨੂੰ, ਉਹਨਾਂ ਨੂੰ ਆਪੇ ਪਤਾ ਲੱਗੂਗਾ ਵੀ ਸੱਚੀ ਹਜੇ ਵੀ ਪੰਜਾਬ ਰੰਗਲਾ ਵਾ। ਔਰ ਵੱਡੀ ਗੱਲ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦੇਵਾਂ, ਜਿਹੜੇ ਟੀਵੀਆਂ ਫਿਲਮਾਂ ਦੇ ਵਿੱਚ ਨਾ ਤੁਸੀਂ ਪੰਜਾਬ ਦੇ ਖਾਣੇ, ਪੰਜਾਬ ਦੇ ਪਹਿਰਾਵੇ ਦੇਖਦੇ ਹੋ ਅਤੇ ਸੋਚਦੇ ਹੋ ਪੰਜਾਬ 'ਚ ਆ ਕੇ ਕਿ ਸ਼ਾਇਦ ਸਾਨੂੰ ਕਿੱਥੇ ਦੇਖਣ ਨੂੰ ਮਿਲਣਗੇ, ਤਾਂ ਦੱਸ ਦਈਏ ਤਾਂ ਇੱਥੇ ਲੱਗਣ ਵਾਲੇ 1.25 ਮਹੀਨਾ ਜਾਂ 10 ਦਿਨ ਛਪਾਰ ਦੇ ਮੇਲੇ ਵਿੱਚ ਆ ਕੇ ਦੇਖੋਗੇ ਤਾਂ ਤੁਹਾਨੂੰ ਪੰਜਾਬ ਦੇ ਖਾਣੇ ਅਤੇ ਬਾਣੇ ਜਿਹੜੇ ਨੇ ਉਹ ਇੱਥੇ ਦੇਖਣ ਨੂੰ ਮਿਲਣਗੇ ਵੱਖੋ ਵੱਖ ਜਿਹੜੇ। ਮੈਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਵੀ ਕੋਈ ਵੀ ਨਸ਼ੇ ਦਾ ਸੇਵਨ ਕਰਕੇ ਮੇਲੇ 'ਚ ਨਾ ਆਇਓ। ਹਾਂਜੀ, ਜਿੱਦਾਂ ਰਾਤ ਨੂੰ ਮੜੀਹੇਰ ਆਉਂਦੀ ਆ, ਉਹ ਸੰਗਤ ਦੇ ਤੌਰ 'ਤੇ ਨਹੀਂ ਆਉਂਦੀ, ਉਹ ਜਿੱਦਾਂ ਨਸ਼ਾ ਕਰਕੇ ਆਉਂਦੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਨਸ਼ਾ ਕਰਕੇ ਨਾ ਆਇਓ। ਆਪਣੇ ਆਪ ਨੂੰ ਵਿਦਵਾਨ ਕਹਿਣ ਵਾਲੇ ਜੋ ਅਜਿਹੇ ਸ਼ਰਧਾ ਵਾਲੀ ਥਾਂ ਨੂੰ ਵੀ ਟਾਰਗੇਟ ਕਰਦੇ ਨੇ ਜਾਂ ਫਿਰ ਕਹਿ ਸਕਦੇ ਹਾਂ, ਕਹਿੰਦੇ ਨੇ ਵੀ ਇੱਥੇ ਆਹ ਹੁੰਦਾ, ਕੀ ਕਹੋਗੇ ਅਜਿਹੇ ਲੋਕਾਂ ਨੂੰ ਜਿਹੜੇ ਭੰਡ 'ਤੇ ਨਜ਼ਰ ਆਉਂਦੇ ਨੇ? ਪਰਮਾਤਮਾ ਨੇ 2 ਪੱਖ ਬਣਾਏ ਨੇ, ਜੇ ਦਿਨ ਬਣਾਇਆ ਰਾਤ ਵੀ ਬਣਾਇਆ, ਔਰਤ ਬਣਾਈ ਬੰਦਾ ਵੀ ਬਣਾਇਆ, ਅੱਗ ਬਣਾਈ ਪਾਣੀ ਵੀ ਬਣਾਇਆ। ਜੇ ਚੰਗੀ ਸੋਚ ਦੇ ਬੰਦੇ ਪੈਦਾ ਕਰੇ ਤਾਂ ਮਾੜੀ ਸੋਚ ਦੇ ਵੀ ਕਰਿਆ ਨਾ, ਸਾਰੇ ਦਰਬਾਰ ਮਾੜੇ ਨਹੀਂ ਹੁੰਦੇ। ਸਵਾਗਤ ਆਪ ਸਭ ਦਾ ਅਤੇ ਮੈਂ ਹਾਂ ਸੁੱਖਾ ਖੇੜੀ ਵਾਲਾ। ਮਾਲਵੇ ਦੀ ਜੇਕਰ ਗੱਲ ਕਰੀਏ ਤਾਂ ਮਾਲਵੇ ਦਾ ਬਹੁਤ ਪ੍ਰਸਿੱਧ ਮੇਲਾ ਹੈ ਛਪਾਰ ਦਾ। ਜੀ ਹਾਂ, ਅਹਿਮਦਗੜ੍ਹ ਦੇ ਨਾਲ ਲੱਗਦਾ ਪਿੰਡ ਛਪਾਰ, ਜਿੱਥੇ ਧਾਰਮਿਕ ਸਥਲ 'ਤੇ ਬਹੁਤ ਸਮੇਂ ਤੋਂ ਲਗਾਤਾਰ 3 ਦਿਨ ਲੱਗਣ ਵਾਲਾ ਛਪਾਰ ਮੇਲਾ ਕੁਛ ਦਿਨਾਂ ਬਾਅਦ ਸ਼ੁਰੂ ਹੋ ਰਿਹਾ ਹੈ, ਜਿਸ ਨੂੰ ਲੈ ਕੇ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ। ਇੱਥੋਂ ਦੇ ਧਾਰਮਿਕ ਸਥਲ ਦੇ ਮੁਖੀ ਜਿਹੜੇ ਨੇ ਬਾਬਾ ਹੈਪੀ ਜੀ, ਅਤੇ ਜਾਣਾਂਗੇ ਕਿ ਇਸ ਧਾਰਮਿਕ ਸਥਲ ਦੀ ਅਹਿਮੀਅਤ ਕੀ ਆ, ਅਤੇ ਦੁਨੀਆ ਭਰ ਦੇ ਲੋਕ ਇਹਨਾਂ ਦਿਨਾਂ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਨੇ, ਖਾਸ ਕਰਕੇ ਮਿੱਟੀ ਕੱਢਦੇ ਨੇ, ਆਪਣੀ ਹਾਜ਼ਰੀ ਲਗਾਉਂਦੇ ਨੇ, ਚੌਂਕੀ ਭਰਦੇ ਨੇ ਅਤੇ ਆਪਣੀਆਂ ਮਨੋਕਾਮਨਾ ਜਿਹੜੀਆਂ ਪੂਰਨ ਹੋਣ ਤੋਂ ਬਾਅਦ ਇੱਥੇ ਹਾਜ਼ਰੀ ਲਗਵਾਉਣ ਆਉਂਦੇ ਨੇ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰ ਲੈਂਦੇ ਹਾਂ, ਸਾਡੇ ਨਾਲ ਮੌਜੂਦ ਨੇ ਬਾਬਾ ਹੈਪੀ ਜੀ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ ਬਾਬਾ ਜੀ। ਸਾਲ ਬਾਅਦ ਬਹੁਤ ਬੇਹੱਦ ਖਾਸ ਦਿਨ ਮੰਨੇ ਜਾਂਦੇ ਨੇ ਕਿ ਦੁਨੀਆ ਦਾ ਪ੍ਰਸਿੱਧ ਪੰਜਾਬ ਦਾ ਮਾਲਵੇ ਦਾ ਇਹ ਮੇਲਾ ਛਪਾਰ ਦਾ, ਅਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਕਿੰਨਾ ਕੁ ਸਮਾਂ ਆਪਾਂ ਕਹਿ ਸਕਦੇ ਹਾਂ ਇਸ ਛਪਾਰ ਦੇ ਮੇਲੇ ਨੂੰ ਇਸ ਥਾਂ 'ਤੇ ਲੱਗਦੇ ਨੂੰ ਕੀ ਅਹਿਮੀਅਤ ਮੰਨਦੇ ਹੋ? ਜਿਹੜਾ ਛਪਾਰ ਦਾ ਮੇਲਾ ਜੀ, ਇਹਨੂੰ 250 ਸਾਲ ਹੋ ਗਿਆ ਜੀ ਛਪਾਰ ਦੀ ਧਰਤੀ 'ਤੇ ਲੱਗਦਿਆਂ ਨੂੰ, ਅਤੇ ਤੁਸੀਂ ਕਿਤਾਬਾਂ ਦੇ ਵਿੱਚ ਲੈਸਨ ਵੀ ਪੜ੍ਹਿਆ ਹੋਊਗਾ, ਲੇਖ ਵੀ ਪੜ੍ਹੇ ਹੋਣਗੇ ਪੰਜਾਬੀ 'ਚ ਵੀ ਛਪਾਰ ਦੇ ਮੇਲੇ ਬਾਰੇ ਵਰਣਨ ਕਰੋ। ਇਹ ਬਾਬਾ ਗੁੱਗਾ ਜ਼ਹਿਰ ਪੀਰ ਔਰ ਬਾਬਾ ਸਿੱਧ ਸੁਲੱਖਣ ਜੀ ਦੀ ਇੱਥੇ ਸਥਾਨ ਬਣਿਆ ਹੋਇਆ ਵਾ, ਜਿਹੜਾ ਕਿ ਹਿੰਦੁਸਤਾਨ ਦੇ ਵਿੱਚ ਦੂਜਾ ਸਥਾਨ ਮੰਨਿਆ ਜਾਂਦਾ ਬਾਗੜ ਤੋਂ ਬਾਅਦ। ਜਿਹੜੀ ਗੁੱਗਾ ਜ਼ਹਿਰ ਪੀਰ ਦੀ ਜਗ੍ਹਾ, ਉਹ ਬਾਗੜ ਰਾਜਸਥਾਨ ਦੇ ਵਿੱਚ ਬਣੀ ਹੋਈ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ ਵਾ। ਇਹ ਬਾਬਾ ਸਿੱਧ ਸੁਲੱਖਣ ਜੋ ਕਿ ਜੱਟ ਪਰਿਵਾਰ ਦੇ ਵਿੱਚ ਪੈਦਾ ਹੋਏ ਬਾਬਾ ਜੀ ਦਾ ਸਿੱਖੋਂ ਗੋਤ ਆ,
ਅਤੇ ਗੁੱਗਾ ਜ਼ਹਿਰ ਪੀਰ ਅਤੇ ਬਾਬਾ ਸਿੱਧ ਸੁਲੱਖਣ ਜੀ ਦੀ ਕਿਰਪਾ ਨਾਲ ਇਹ ਜਿਹੜਾ ਦਰਬਾਰ ਅਤੇ ਮੇਲਾ ਲੱਗਦਾ ਵਾ ਹਰ ਸਾਲ, ਅਤੇ ਇੱਥੇ ਬਹੁਤ ਦੂਰੋਂ ਦੂਰੋਂ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਅਤੇ ਉਹ ਹਰੇਕ ਸਾਲ ਇੱਥੇ ਆ ਕੇ ਆਪਣਾ ਸ਼ੁਕਰੀਆ ਅਦਾ ਕਰਕੇ ਜਾਂਦੇ ਆ। ਇਹ ਬਾਬਾ ਜੀ ਕਿਹੜੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹ ਲੱਗਦਾ, ਸਾਲ ਦੇ ਵਿੱਚ ਕਿੰਨੇ ਦਿਨ ਲੱਗਦਾ ਆ ਅਤੇ ਕੀ ਪ੍ਰੋਸੈਸ ਹੁੰਦਾ ਸਾਰਾ ਇਹਦਾ? ਇਹ ਜੀ ਹਰੇਕ ਸਾਲ ਦਾ ਜਿਹੜਾ ਨੌਵਾਂ ਮਹੀਨਾ ਹੁੰਦਾ ਵਾ ਜਦੋਂ ਸ਼ਰਾਧ ਸਟਾਰਟ ਹੋਣੇ ਹੁੰਦੇ ਆ, ਤਾਂ ਇੱਕ ਦਿਨ ਪਹਿਲਾਂ ਜਾਂ ਸ਼ਰਾਧਾਂ ਤੋਂ ਇੱਕ ਦਿਨ ਬਾਅਦ ਮੇਲੇ ਦੇ ਦਿਨ ਹੁੰਦੇ ਨੇ, ਉਹ ਸਰਕਾਰੀ ਯੰਤਰੀਆਂ ਜਿਹੜੇ ਆਪਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਡੇਟ ਆਈ ਹੁੰਦੀ ਹੈ ਸਪੈਸ਼ਲ। ਜਿਹੜਾ ਸਰਕਾਰੀ ਤੌਰ 'ਤੇ ਮੇਲਾ ਵਾ ਉਹ ਤਾਂ ਜਿੱਦਾਂ ਤੁਸੀਂ ਪਹਿਲਾਂ 3 ਦਿਨ ਬੋਲਿਆ ਜੀ, ਉਸ ਲੋਟ 3 ਦਿਨ ਹੁੰਦਾ ਵਾ, ਪਰ ਇਹ ਮੇਲਾ ਲਗਾਤਾਰ ਨਾ ਜੀ 10 ਦਿਨ ਤਾਂ ਚੱਲਦਾ ਹੀ ਚੱਲਦਾ ਵਾ, ਕੰਟੀਨਿਊ ਚੱਲਦਾ ਵਾ। ਪਰ ਜਿੱਦਾਂ ਹੁਣ ਵੱਡਾ ਮੇਲਾ ਵਾ, ਫਿਰ 10ਵੇਂ ਮਹੀਨੇ 'ਚ ਇੱਕ ਛੋਟਾ ਮੇਲਾ ਲੱਗਦਾ ਜੀ, ਇਹ 1.25 ਮਹੀਨੇ ਦੇ ਫਰਕ ਨਾਲ ਹੁੰਦਾ ਵਾ, ਉਹ 1.25 ਮਹੀਨਾ ਹੀ ਘੱਟ ਰਹਿੰਦਾ ਬਾਬਾ ਜੀ ਦੇ। ਇੱਥੇ ਬਾਹਰੋਂ ਸੰਗਤਾਂ ਆਉਂਦੀਆਂ ਫੋਰਨ ਤੋਂ, ਕਨੇਡਾ, ਅਮਰੀਕਾ, ਇੰਗਲੈਂਡ, ਜਿੰਨੀਆਂ ਕੰਟਰੀਆਂ, ਅਤੇ ਹਰੇਕ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ। ਲੋਕ ਬਹੁਤ ਸ਼ਰਧਾ ਭਾਵਕ ਨਾਲ ਇਹ ਮੇਲਾ ਮਨਾਉਂਦੇ ਆ ਅਤੇ ਬੜੀ ਦੂਰੋਂ ਦੂਰੋਂ ਸੰਗਤ ਜੁੜੀ ਹੋਈ ਹੈ ਇਸ ਦਰਬਾਰ ਨਾਲ। ਬਿਲਕੁਲ ਬਾਬਾ ਜੀ, ਜਿਹੜੀ ਮਿੱਟੀ ਕਰਦੇ ਨੇ ਚੌਂਕੀ ਭਰਦੇ ਨੇ ਜਦੋਂ ਮਨੋਕਾਮਨਾ, ਪਹਿਲਾਂ ਤਾਂ ਇਹ ਹੈ ਕਿ ਮੰਨਦੇ ਨੇ, ਮੰਗਦੇ ਨੇ ਆਪਣੀ ਆਪਣੀ ਇੱਛਾ ਜਿਹੜੀ ਹੈਗੀ ਆ, ਜਦ ਪੂਰਨ ਹੋ ਜਾਂਦੀ ਹੈ ਫਿਰ ਉਦੋਂ ਚੌਂਕੀ ਭਰਨ ਆਉਂਦੇ ਨੇ ਜੀ? ਦੇਖੋ ਜਿਨ੍ਹਾਂ ਨੇ ਮਨੋਕਾਮਨਾ ਮੰਗਣੀਆਂ ਨੇ ਉਹ ਵੀ ਚੌਂਕੀ ਭਰਨ ਆਉਂਦੇ, ਜਿਨ੍ਹਾਂ ਦੀਆਂ ਪੂਰੀਆਂ ਹੁੰਦੀਆਂ ਉਹ ਵੀ ਭਰਨ ਆਉਂਦੇ ਆ, ਕਿਉਂਕਿ ਬਾਬਾ ਸਿੱਧ ਸੁਲੱਖਣ ਜੀ ਮੈਂ ਤੁਹਾਨੂੰ ਦੱਸ ਕੇ ਹਟਿਆ ਜੱਟ ਪਰਿਵਾਰ ਦੇ ਵਿੱਚੋਂ ਹੋਏ ਨੇ, ਅਤੇ ਗੁੱਗਾ ਜ਼ਹਿਰ ਵੀਰ ਜੀ ਵੀ, ਅਤੇ ਇਹਨਾਂ ਦਾ ਜਿਹੜਾ ਸਿਸਟਮ ਆ ਮਿੱਟੀ ਕੱਢਣ ਵਾਲਾ ਉਹ ਇਹ ਆ ਵੀ ਜ਼ਿਆਦਾਤਰ ਸਾਡੇ ਕਿਸਾਨ ਭਰਾ ਖੇਤਾਂ 'ਚ ਕੰਮ ਕਰਦੇ ਆ। ਬਿਲਕੁਲ, ਉਹ ਜਿਹੜੀ ਪਹਿਲੀ ਫਸਲ ਹੁੰਦੀ ਹੈ ਚਾਹੇ ਉਹ ਜੀਰੀ ਦੀ ਹੋਵੇ ਚਾਹੇ ਕਣਕ ਦੀ ਹੋਵੇ, ਉਹ ਪਹਿਲੀ ਫਸਲ ਆਪਦੀ ਇੱਥੇ ਬਾਬਾ ਜੀ ਦੇ ਲੈ ਕੇ ਆਉਂਦੇ, ਉਹ ਮਿੱਟੀ ਦੇ ਵਿੱਚ ਪਾ ਕੇ ਕੱਢਦੇ ਆ ਵੀ ਬਾਬਾ ਜੀ ਲੋਕੇ ਛਿਪੇ ਰਹੇ ਹੋ, ਅਸੀਂ ਖੇਤਾਂ 'ਚ ਕੰਮਕਾਰ ਕਰਦੇ ਹਾਂ, ਸਾਡਾ ਕੋਈ ਨੁਕਸਾਨ ਸੱਪ ਦੇ ਰੂਪ ਦੇ ਵਿੱਚ ਨਾ ਹੋਵੇ। ਬਿਲਕੁਲ, ਜੋ ਕਿ ਬਹੁਤ ਲੰਬੇ ਸਮੇਂ ਤੋਂ ਇੱਦਾਂ ਚੱਲਦਾ ਆ ਰਿਹਾ ਵਾ। ਹਾਂਜੀ, ਅਤੇ ਬਾਕੀ ਸਾਰਿਆਂ ਦੀ ਆਪਦੀ ਆਪਦੀ ਸੋਚ, ਆਪਦੀ ਆਪਦੀ ਸ਼ਰਧਾ ਜੀ। ਸ਼ਰਧਾ, ਬਿਲਕੁਲ। ਬਾਬਾ ਜੇਕਰ ਗੱਲ ਕਰੀਏ, ਦੇਖੋ ਬਹੁਤ ਜਿਵੇਂ ਤੁਸੀਂ ਕਿਹਾ 250 ਸਾਲ ਬਹੁਤ ਸਮਾਂ ਹੁੰਦਾ ਆ, ਅਤੇ ਅਸੀਂ ਬਚਪਨ ਦੇ ਵਿੱਚ ਵੀ ਕਿਤਾਬਾਂ ਦੇ ਵਿੱਚ ਸਰਕਾਰੀ ਸਕੂਲਾਂ ਦੀਆਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਪਾਠ ਆਉਂਦੇ ਨੇ ਕਿ ਤੁਸੀਂ ਛਪਾਰ ਦੇ ਮੇਲੇ ਦਾ ਵਰਣਨ ਕਰੋ ਜਾਂ ਹੋਰ ਆ ਬਹੁਤ ਕੁਛ ਆ, ਅਤੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਕੀ ਲੱਗਦਾ ਕਿੰਨਾ ਕੁ ਤਬਦੀਲ ਹੋਇਆ ਜੀ ਸਮਾਂ ਉਹਨਾਂ ਦਿਨਾਂ ਦੇ ਵਿੱਚ ਅਤੇ ਹੁਣ ਦੇ ਵਿੱਚ, ਕਿਉਂਕਿ ਸਮਾਂ ਵੀ ਬਹੁਤ ਬਦਲਿਆ ਜੀ? ਤਬਦੀਲੀ ਨੂੰ ਆਪਾਂ ਇਹ ਸੋਚ ਸਕਦੇ ਹਾਂ, ਪਹਿਲਾਂ ਮੌਲ ਨਹੀਂ ਸੀ ਹੁੰਦੇ, ਹੁਣ ਮੌਲ ਬਣ ਗਏ, ਸ਼ਹਿਰਾਂ 'ਚ ਵੈਸੇ ਹੀ ਝੂਟੇ ਲੱਗ ਜਾਂਦੇ ਆ, ਲੋਕ ਦੇਖਦੇ, ਪਰ ਜਿਹੜਾ ਇਹ ਮੇਲਾ ਨਾ ਇਹ ਸੱਭਿਆਚਾਰਕ ਦਾ ਪ੍ਰਤੀਕ ਆ ਜੀ। ਜਿਵੇਂ ਤੁਸੀਂ ਮੇਲੇ ਤੋਂ ਆਉਂਦੇ ਹੋ, ਤੁਹਾਨੂੰ ਇੱਥੇ ਬਾਬੇ ਬਜ਼ੁਰਗ ਕੁੜਤੇ ਚਾਦਰਿਆਂ ਵਾਲੇ ਬੋਲੀਆਂ ਵਾਲੇ ਬਾਬੇ, ਚੰਡੋਲ, ਜਾਦੂਗਰ, ਪੋਲੀਟੀਕਲ ਪਾਰਟੀਆਂ ਉਹਨਾਂ ਦੀਆਂ ਰੈਲੀਆਂ, ਘੋੜਿਆਂ ਦਾ ਮੇਲਾ, ਡੰਗਰ ਪਸ਼ੂਆਂ ਦਾ ਮੇਲਾ, ਟਰੈਕਟਰਾਂ ਦਾ ਮੇਲਾ, ਅਤੇ ਇੱਥੇ ਅਲੱਗ ਅਲੱਗ ਪਾਰਟ ਬਣੇ ਹੋਏ ਨੇ। ਜਦੋਂ ਬੰਦਾ ਮੇਲਾ ਦੇਖਦਾ ਵਾ ਫਿਰ ਉਹਨੂੰ ਪਤਾ ਲੱਗਦਾ ਵੀ ਇਹ ਚੀਜ਼ ਮੌਲ 'ਚ ਵੀ ਨਹੀਂ ਮਿਲ ਸਕਦੀ। ਸਮੇਂ ਦਾ ਫਰਕ ਇਹ ਆ ਵੀ ਉਹ ਪਹਿਲਾਂ ਹੈ ਨਹੀਂ ਸੀਗਾ, ਮੇਲੇ ਤਾਂ ਮਨਾਏ ਜਾਂਦੇ ਸੀਗੇ ਵੀ ਉਦੋਂ ਇਹ ਚੀਜ਼ਾਂ ਹੈ ਨਹੀਂ ਸੀ ਤੁਹਾਨੂੰ ਐਂਟਰਟੇਨਮੈਂਟ ਕਰਨ ਨੂੰ, ਪਰ ਹੁਣ ਜੇ ਆ ਗਈਆਂ, ਪਰ ਇਹ ਨਹੀਂ ਹੈਗਾ ਵੀ ਮੇਲਾ ਘਟਿਆ ਵਾ ਉਦੋਂ ਜਾਂ ਘੱਟ ਹੋ ਗਿਆ ਜਾਂ ਕੁਛ ਹੋਰ ਹੋ ਗਿਆ, ਪਰ ਜਿਹਨਾਂ ਲੋਕਾਂ ਦੀ ਸ਼ਰਧਾ ਵਾ, ਸੰਗਤ ਜਿੰਨੀ ਵੀ ਦਰਬਾਰ ਨਾਲ ਜੁੜੀ ਹੋਈ ਆ, ਤੁਸੀਂ ਲਾ ਲਓ ਵੀ ਆਉਣਾ 10 ਦਿਨਾਂ ਦੇ ਵਿੱਚ ਕਰੋੜਾਂ ਬੰਦਿਆਂ ਨੇ ਮੱਥਾ ਟੇਕਣਾ, ਹੈ ਨਾ ਜੀ? ਉਹ ਸਾਰਿਆਂ ਨੂੰ ਪਤਾ ਛਪਾਰ ਦਾ ਮੇਲਾ ਕਿੱਡਾ ਕੁ ਕਿਵੇਂ ਲੱਗਦਾ ਵਾ, ਅਤੇ ਪਰ ਤਬਦੀਲੀ ਇਹੀ ਆਈ ਆ ਵੀ ਬਸ ਹੁਣ ਮੌਲ ਵਗੈਰਾ ਬਣ ਗਏ ਲੋਕ, ਹੁਣ ਪਹਿਲਾਂ ਆਪਾਂ ਹੁਣ ਬੱਚੇ ਤੁਸੀਂ ਲਾਓ ਬੱਚਿਆਂ 'ਚ ਵੀ ਤਬਦੀਲੀ ਆ, ਬਿਲਕੁਲ। ਅਸੀਂ ਤਾਂ ਛੋਟੇ ਹੁੰਦੇ ਬੰਟੇ, ਗੁੱਲੀ ਡੰਡਾ, ਇਹ ਉਹ ਇਹੋ ਜਿਹਾ ਕੁਛ ਖੇਡਿਆ, ਕ੍ਰਿਕਟ ਖੇਡ ਲਈ, ਫੁੱਟਬਾਲ ਖੇਡ ਲਈ, ਹੁਣ ਤੁਸੀਂ ਦੇਖੋ ਚੀਜ਼ਾਂ ਬੰਦ ਹੋ ਗਈਆਂ, ਹੁਣ ਮੋਬਾਈਲ 'ਤੇ ਲੱਗੇ ਹੋਏ, ਹੈ ਨਾ ਜੀ? ਇਹੀ ਤਬਦੀਲੀ ਆਈ ਹੈ, ਹੋਰ ਕੋਈ ਤਬਦੀਲੀ ਨਹੀਂ। ਹੁਣ ਉਹ ਮੌਲ ਹੋ ਗਏ, ਬੱਚੇ ਮੌਲ 'ਚ ਚਲੇ ਜਾਂਦੇ ਆ, ਮੂਵੀ ਦੇਖ ਲਈ, ਝੂਟੇ ਲੈ ਲਿਆ, ਲੈ ਲਈ, ਪਰ ਉਹ ਚੀਜ਼ਾਂ ਨਾਲੋਂ ਇਹ ਡਿਫਰੈਂਟ ਮੇਲਾ ਵਾ। ਪਰ ਵੱਡੀ ਗੱਲ ਜੇ ਆਪਾਂ ਗੱਲ ਕਰੀਏ ਜੀ, ਫਿਲਮਾਂ ਦੇ ਵਿੱਚ ਹੀ ਅਸੀਂ ਉਹ ਪੁਰਾਣਾ ਰੰਗਲਾ ਪੰਜਾਬ ਦੇਖਦੇ ਹਾਂ, ਪਰ ਅਸਲ ਦੇ ਵਿੱਚ ਹਲੇ ਵੀ ਅਜਿਹੇ ਮੇਲੇ ਜਾਂ ਅਜਿਹੀਆਂ ਧਾਰਮਿਕ ਸਥਲ ਨੇ ਜਿੱਥੇ ਤੁਹਾਨੂੰ ਅਸਲ ਪੰਜਾਬ ਨਜ਼ਰ ਆਉਂਦਾ ਹੈ? ਤੁਸੀਂ ਛਪਾਰ ਦੇ ਮੇਲੇ 'ਤੇ, ਮੈਂ ਤੁਹਾਡੇ ਚੈਨਲ ਦੇ ਜ਼ਰੀਏ ਪਹਿਲਾਂ ਤਾਂ ਤੁਹਾਡਾ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਵੀ ਤੁਸੀਂ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਆਏ,
ਪਰ ਛਪਾਰ ਦਾ ਮੇਲਾ ਉਹ ਮੇਲਾ ਵਾ ਜਿੱਥੇ ਤੁਸੀਂ ਪੰਜਾਬ ਰੰਗਲਾ ਹੀ ਦੇਖ ਸਕਦੇ ਹੋ। ਤੁਸੀਂ 10 ਦਿਨ ਆਓ, ਮੈਂ ਤੁਹਾਡੇ ਚੈਨਲ ਦੇ ਥਰੂ ਕਹਿਣਾ ਸੰਗਤਾਂ ਨੂੰ, ਉਹਨਾਂ ਨੂੰ ਆਪੇ ਪਤਾ ਲੱਗੂਗਾ ਵੀ ਸੱਚੀ ਹਜੇ ਵੀ ਪੰਜਾਬ ਰੰਗਲਾ ਵਾ। ਬਿਲਕੁਲ, ਡੰਮੀ ਨਹੀਂ ਤੁਹਾਨੂੰ ਦੇਖਣਾ, ਅਸਲ 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 ਦੇਖੂਗਾ ਜੀ, ਅਸਲ ਜੀ। ਹਾਂਜੀ, ਦੇਖੋ ਉਹੀ ਕੈਂਠੇ ਪਾਉਂਦੇ, ਉਹੀ ਚਾਦਰ ਜਿਵੇਂ ਤੁਸੀਂ ਕਿਹਾ, ਬਜ਼ੁਰਗ ਬੋਲੀਆਂ ਪਾਉਂਦੇ ਤੁਹਾਨੂੰ ਨਜ਼ਰ ਆਉਣਗੇ, ਤੁਹਾਨੂੰ ਇੱਥੇ ਲੋਕ ਸ਼ਰਧਾ ਮੁਤਾਬਕ ਨੰਗੇ ਪੈਰੀ ਤੁਹਾਨੂੰ ਚੱਲਦੇ ਗਰਮੀ ਦੇ ਵਿੱਚ ਨਜ਼ਰ ਆਉਣਗੇ। ਤਾਂ ਕਹਿ ਸਕਦੇ ਹਾਂ ਜੀ ਕਿ ਜਿਵੇਂ ਅੱਜ ਕੱਲ੍ਹ ਆਪਾਂ ਗੱਲ ਕਰੀਏ ਪਿੰਡਾਂ ਦੇ ਵਿੱਚ ਜਾਂ ਹੋਰ ਰੀਤੀ ਰਿਵਾਜ਼ ਬਹੁਤ ਜ਼ਿਆਦਾ ਖਤਮ ਹੁੰਦੇ ਜਾ ਰਹੇ ਨੇ ਜੀ, ਅਤੇ ਪਰ ਅਜਿਹੀ ਪੰਜਾਬ ਨੂੰ ਅਜਿਹੇ ਮੇਲੇ ਜਾਂ ਇਹ ਹਾਲੇ ਵੀ ਜੋ ਛਪਾਰ ਵਰਗੇ ਜਿਹੜੇ ਸ਼ਰਧਾ ਪੂਰਵਕ ਲੋਕ ਆਉਂਦੇ ਨੇ, ਲੱਗਦਾ ਕਿ ਇਹ ਸਾਂਭੀ ਬੈਠੇ ਨੇ ਆਪਣਾ ਵਿਰਸਾ ਸੱਭਿਆਚਾਰ ਜੀ। ਹਾਂ ਬਿਲਕੁਲ ਜੀ, ਕਿਉਂਕਿ ਨਾ ਜੀ ਜਿਹੜੀਆਂ ਵੀ ਜਿੰਨੇ ਵੀ ਸਥਾਨ ਬਣੇ ਆ, ਪੀਰਾਂ ਫਕੀਰਾਂ ਦੀ ਧਰਤੀ ਹੈ ਪੰਜਾਬ, ਸਾਰੇ ਸਥਾਨ ਸ਼ਰਧਾ ਪੂਰਵਕ ਨੇ ਸਾਰੇ, ਜਿੱਥੇ ਜਿੱਥੇ ਵੀ ਜਿੱਥੇ ਵੀ ਕੋਈ ਵੀ ਸਥਾਨ ਬਣਿਆ ਵਾ, ਪਰ ਉੱਥੇ ਮੇਲੇ ਹੋਰ ਲੋਟ ਮਨਾਏ ਜਾਂਦੇ ਆ। ਉੱਥੇ ਕੀ ਕਰਿਆ ਜਾਂਦਾ ਵਾ ਵੀ 2 ਗਾਉਣ ਵਾਲੇ ਬੁੱਕ ਕਰਾਓ, 4 ਗਾਉਣ ਵਾਲੇ ਬੁੱਕ ਕਰਾਓ, ਅਤੇ 2-4 ਪਿੰਡਾਂ ਦਾ ਇਕੱਠ ਹੋਇਆ, ਉਹਨਾਂ ਨੇ ਗਾਉਣ ਵਾਲੇ ਸੋਹਣੇ ਲੰਗਰ ਪਾਣੀ ਛਕਿਆ ਅਤੇ ਆਪਦੇ ਆਪਦੇ ਘਰ ਨੂੰ ਆ ਗਏ। ਇਹ ਉੱਦਾਂ ਦਾ ਮੇਲਾ ਨਹੀਂ, ਕਈ ਸੰਗਤਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਆ ਜਿਨ੍ਹਾਂ ਨੇ ਇਹ ਮੇਲਾ ਦੇਖਿਆ ਨਹੀਂ ਵੀ ਕਿਤੇ ਉੱਦਾਂ ਦਾ ਹੋਊਗਾ। ਹਾਂਜੀ, ਇੱਥੇ ਗਾਉਣ ਵਾਲਿਆਂ ਦਾ ਤਾਂ ਕੋਈ ਸਿਸਟਮ ਹੁੰਦਾ ਨਹੀਂ, ਇੱਥੇ ਤਾਂ ਹੋਰ ਹੀ ਬਹੁਤ ਵੱਡਾ ਮੇਲਾ ਹੁੰਦਾ ਵਾ। ਜਦੋਂ ਬੰਦਾ ਆ ਮੇਲੇ 'ਚ ਆ ਕੇ ਦੇਖਦਾ ਤਾਂ ਉਹਨੂੰ ਪਤਾ ਲੱਗਦਾ ਵੀ ਅਸਲੀ ਪੰਜਾਬ ਦਾ ਮੇਲਾ ਇਹ ਆ, ਇੱਥੇ ਇਹ ਇਹ ਗੱਲ ਮੁੱਕਦੀ ਹੈ ਨਾ। ਔਰ ਵੱਡੀ ਗੱਲ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦੇਵਾਂ, ਜਿਹੜੇ ਟੀਵੀਆਂ ਫਿਲਮਾਂ ਦੇ ਵਿੱਚ ਨਾ ਤੁਸੀਂ ਪੰਜਾਬ ਦੇ ਖਾਣੇ ਪੰਜਾਬ ਦੇ ਪਹਿਰਾਵੇ ਦੇਖਦੇ ਹੋ ਅਤੇ ਸੋਚਦੇ ਹੋ ਪੰਜਾਬ 'ਚ ਆ ਕੇ ਕਿ ਸ਼ਾਇਦ ਸਾਨੂੰ ਕਿੱਥੇ ਦੇਖਣ ਨੂੰ ਮਿਲਣਗੇ, ਤਾਂ ਦੱਸ ਦਈਏ ਤਾਂ ਇੱਥੇ ਲੱਗਣ ਵਾਲੇ 1.25 ਮਹੀਨਾ ਜਾਂ 10 ਦਿਨ ਛਪਾਰ ਦੇ ਮੇਲੇ ਵਿੱਚ ਆ ਕੇ ਦੇਖੋਗੇ ਤਾਂ ਤੁਹਾਨੂੰ ਪੰਜਾਬ ਦੇ ਖਾਣੇ ਅਤੇ ਬਾਣੇ ਜਿਹੜੇ ਨੇ ਉਹ ਇੱਥੇ ਦੇਖਣ ਨੂੰ ਮਿਲਣਗੇ। ਵੱਖੋ ਵੱਖ ਜਿਹੜੇ ਲੋਕ ਪੰਜਾਬੀ ਸੱਭਿਆਚਾਰ ਕਲਚਰ ਨੂੰ ਦੇਖਦੇ ਹੋਏ ਕੱਪੜੇ ਪਾਉਂਦੇ ਨੇ, ਆਪਣਾ ਬਾਣਾ ਪਾਉਂਦੇ ਨੇ, ਅਤੇ ਆਪਾਂ ਖਾਣ ਪੀਣ ਨੂੰ ਦੇਖੀਏ ਜੀ, ਅਤੇ ਲੱਗਦਾ ਜੀ ਵਾਰੀ ਉਹ ਪੁਰਾਣੀਆਂ ਯਾਦਾਂ ਉਹ ਚੀਜ਼ਾਂ ਇੱਥੇ ਇੱਕਦਮ ਇਕੱਠੀਆਂ ਹੋ ਜਾਂਦੀਆਂ ਨੇ, ਖਾਣੇ ਜਿਹੜੇ ਪੁਰਾਣੇ ਹੁੰਦੇ ਤੇ ਆਪਣੇ ਸਮੇਂ ਦੇ। ਬਿਲਕੁਲ ਬਿਲਕੁਲ ਜੀ, ਇਹ ਹੁਣ ਜਿਹੜਾ ਆ ਮੇਲਾ ਜੀ 2024 ਦਾ 16 ਸਤੰਬਰ ਤੋਂ ਹੁਣ ਸਟਾਰਟ ਹੋ ਰਿਹਾ, ਸੋਮਵਾਰ ਤੋਂ ਜੀ 16, 17, 18 ਜੀ। ਹਾਂਜੀ, ਉਹ ਚੱਲੀ ਜਾਣਾ ਜੀ ਇਹ, ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ। ਹਾਂਜੀ, ਮੈਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਵੀ ਕੋਈ ਵੀ ਨਸ਼ੇ ਦਾ ਸੇਵਨ ਕਰਕੇ ਮੇਲੇ 'ਚ ਨਾ ਆਇਓ। ਹਾਂਜੀ, ਜਿੱਦਾਂ ਰਾਤ ਨੂੰ ਮੜੀਹੇਰ ਆਉਂਦੀ ਆ ਉਹ ਸੰਗਤ ਦੇ ਤੌਰ 'ਤੇ ਨਹੀਂ ਆਉਂਦੀ, ਉਹ ਜਿੱਦਾਂ ਨਸ਼ਾ ਕਰਕੇ ਆਉਂਦੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਨਸ਼ਾ ਕਰਕੇ ਨਾ ਆਇਓ, ਸ਼ਰਧਾ ਨਾਲ ਆਇਓ। ਜਦੋਂ ਕੋਈ ਵੀ ਕਿਤੇ ਵੀ ਆਪਾਂ ਕਿਸੇ ਸਥਾਨ 'ਤੇ ਸ਼ਰਧਾ ਨਾਲ ਜਾਂਦੇ ਹਾਂ ਤਾਂ ਰੱਬ ਤੁਹਾਡੀ ਮਨੋਕਾਮਨਾ ਵੀ ਪੂਰੀ ਕਰਦਾ। ਬਹੁਤ ਵੱਡੀ ਗੱਲ ਆ ਭਾਅ ਜੀ, ਪਰ ਇੱਕ ਸਵਾਲ ਹੋਰ ਵੀ ਪੈਦਾ ਹੁੰਦਾ ਜੀ। ਦੇਖੋ ਸਮੇਂ ਸਮੇਂ ਸਿਰ ਦੇਖੋ ਜਦੋਂ ਬੱਚਿਆਂ ਨੂੰ ਆਪਣੀਆਂ ਮਾਵਾਂ ਭੇਜਦੀਆਂ ਜਾਂ ਬੱਚੇ ਆਉਂਦੇ ਨੇ ਤਾਂ ਥੋੜ੍ਹਾ ਜਿਹਾ ਹੁੱਲੜਬਾਜ਼ੀ ਦੇ ਰੂਪ ਦੇ ਵਿੱਚ ਦੇਖੋ ਹਰ ਜਗ੍ਹਾ ਜਾਂਦੇ ਨੇ, ਭਾਵੇਂ ਧਾਰਮਿਕ ਕਿਸੇ ਗੁਰਦੁਆਰਾ ਸਾਹਿਬ ਸਭਾ ਦੇ ਦਿਨ ਹੋਣ ਜਾਂ ਹੋਰ, ਉਹ ਹੁੱਲੜਬਾਜ਼ੀ ਦੇ ਰੂਪ ਦੇ ਵਿੱਚ ਜਦੋਂ ਬੱਚੇ ਜਾਂਦੇ ਨੇ ਤਾਂ ਘਰ ਵਾਲਿਆਂ ਨੂੰ ਵੀ ਦਿੱਕਤ ਹੁੰਦੀ ਹੈ, ਫਿਰ ਲੜਾਈ ਝਗੜੇ ਦਾ ਰੂਪ ਅਖਤਿਆਰ ਹੁੰਦਾ, ਫਿਰ ਕਿਤੇ ਨਾ ਕਿਤੇ ਕੋਈ ਘਟਨਾ ਵੀ ਵਾਪਰਦੀ ਆ। ਲੱਗਦਾ ਕਿ ਜਿੱਥੇ ਸੱਭਿਆਚਾਰ ਆ ਜਿੱਥੇ ਸ਼ਰਧਾ ਆ ਉੱਥੇ ਉਸ ਹਿਸਾਬ ਨਾਲ ਹੀ ਆਉਣਾ ਚਾਹੀਦਾ। ਅਸਲ ਵਿੱਚ ਕੀ ਹੈ ਜੀ, ਜਦੋਂ ਇਹ ਹੁੱਲੜਬਾਜ਼ੀ ਕਰਦੇ ਆ ਜਾਂ ਕੋਈ ਨਸ਼ਾ ਵਗੈਰਾ ਕਰਕੇ ਆਉਂਦੇ ਨਾ ਜੀ, ਆਪਣੇ ਆਪ ਤੋਂ ਬਾਹਰ ਹੋ ਕੇ ਕੁਛ ਕਰਦੇ, ਫਿਰ ਨੁਕਸਾਨ ਹੁੰਦਾ, ਚਾਹੇ ਉਹ ਹੋਣ ਚਾਹੇ ਸੰਗਤ ਵਾਲੇ ਹੋਣ। ਬਿਲਕੁਲ, ਮੈਂ ਮਾਪਿਆਂ ਨੂੰ ਵੀ ਇਹੀ ਬੇਨਤੀ ਕਰਦਾ ਵੀ ਜੇ ਕੋਸ਼ਿਸ਼ ਕਰੋ ਆਪਦੇ ਬੱਚਿਆਂ ਨਾਲ ਤੁਸੀਂ ਆਪ ਸਪੈਂਡ ਕਰੋ, ਮੇਲਾ ਕੇ ਦੇਖੋ, ਆਪ ਉਹਨਾਂ ਨੂੰ ਦਿਖਾਓ, ਸੱਭਿਆਚਾਰ ਬਾਰੇ ਦੱਸੋ ਵੀ ਆਪਣਾ ਸੱਭਿਆਚਾਰ ਆ। ਜੇ ਫਿਰ ਵੀ ਦੋਸਤਾਂ ਨਾਲ ਆਉਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਬਸ ਇੰਨਾ ਕੁ ਸਮਝਾ ਕੇ ਭੇਜੋ ਵੀ ਉੱਥੇ ਕੋਈ ਇੱਦਾਂ ਦਾ ਨਸ਼ਾ ਨਾ ਕਰਨ ਜਾਂ ਕੋਈ ਹੁੱਲੜਬਾਜ਼ੀ ਨਾ ਕਰਨ ਜਿਹਦੇ ਨਾਲ ਕਿਸੇ ਦਾ ਵੀ ਨੁਕਸਾਨ ਹੋਵੇ ਜੀ। ਬਿਲਕੁਲ ਜੀ, ਭਾਅ ਜੀ ਆਪਾਂ ਹੋਰ ਵੀ ਗੱਲ ਕਰੀਏ, ਚਲੋ ਇਹ ਤਾਂ ਸ਼ਰਧਾ ਆ, ਅਤੇ ਕੌਣ ਅਜਿਹਾ ਜਿਹੜਾ ਅਜਿਹੇ ਮੇਲਿਆਂ ਨੂੰ ਰੋਕਣ ਦੀ ਗੱਲ, ਪਰ ਬਹੁਤ ਸਮੇਂ ਸਮੇਂ ਸਿਰ ਇਹ ਵੀ ਦੇਖਣੇ ਆਪਣੇ ਆਪ ਨੂੰ ਵਿਦਵਾਨ ਕਹਿਣ ਵਾਲੇ ਜੋ ਅਜਿਹੇ ਸ਼ਰਧਾ ਵਾਲੀ ਥਾਂ ਨੂੰ ਵੀ ਟਾਰਗੇਟ ਕਰਦੇ ਨੇ ਜਾਂ ਫਿਰ ਕਹਿ ਸਕਦੇ ਹਾਂ ਕਹਿੰਦੇ ਨੇ ਵੀ ਇੱਥੇ ਆਹ ਹੁੰਦਾ, ਕੀ ਕਹੋਗੇ ਅਜਿਹੇ ਲੋਕਾਂ ਨੂੰ ਜਿਹੜੇ ਭੰਡਦੇ ਨਜ਼ਰ ਆਉਂਦੇ ਨੇ ਅਜਿਹੇ ਡੇਰਿਆਂ ਨੂੰ ਜਾਂ ਇਹੋ ਜਿਹੀ ਸ਼ਰਧਾ ਵਾਲੇ ਥਾਵਾਂ ਨੂੰ?
ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਵੀ ਗੱਲ ਤੁਹਾਡੀ ਸੋਚ ਤੇ ਖੜੀ ਆ, ਪਰਮਾਤਮਾ ਨੇ ਦੋ ਪੱਖ ਬਣਾਏ ਨੇ, ਜੇ ਦਿਨ ਬਣਾਇਆ ਰਾਤ ਵੀ ਬਣਾਇਆ, ਔਰਤ ਬਣਾਈ ਬੰਦਾ ਵੀ ਬਣਾਇਆ, ਅੱਗ ਬਣਾਈ ਪਾਣੀ ਵੀ ਬਣਾਇਆ, ਜੇ ਚੰਗੀ ਸੋਚ ਦੇ ਬੰਦੇ ਪੈਦਾ ਕਰਿਆ ਤਾਂ ਮਾੜੀ ਸੋਚ ਦੇ ਵੀ ਕਰਿਆ ਨਾ, ਸਾਰੇ ਦਰਬਾਰ ਮਾੜੇ ਨਹੀਂ ਹੁੰਦੇ ਅਤੇ ਸਾਰੇ ਇਹ ਨਹੀਂ ਹੁੰਦੇ ਵੀ ਸਾਰੇ ਚੰਗੇ ਆ, ਸਾਰੇ ਚੰਗੇ ਵੀ ਨਹੀਂ ਹੁੰਦੇ। ਦੇਖੋ ਜਿੱਥੇ ਕੋਈ ਅੱਛੀ ਜਗ੍ਹਾ ਵਾ, ਅੱਛੀ ਸੋਚ ਦੇ ਬੰਦੇ ਬੈਠੇ ਆ ਜਾਂ ਅੱਛੇ ਕੰਮ ਕਰਨੇ ਚਾਹੀਦੇ, ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹ ਬੰਦੇ। ਜਦੋਂ ਦੇਖੋ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਤਾਂ ਤੁਸੀਂ ਆਪਣੀ ਜੀਭ ਆਪ ਖਰਾਬ ਕਰ ਰਹੇ ਹੋ, ਮੂਹਰਲੇ ਬੰਦੇ ਦਾ ਤਾਂ ਕੁਛ ਨਹੀਂ ਜਾ ਰਿਹਾ। ਬਿਲਕੁਲ ਜੀ, ਕਿਉਂਕਿ ਨਿੰਦਿਆ ਜਦੋਂ ਤੁਸੀਂ ਕਿਸੇ ਦੀ ਕਰਨ ਲੱਗਦੇ ਹੋ ਨਾ ਵੀ ਉਹ ਐਵੇਂ ਉਹ ਐਵੇਂ ਉਹ ਐਵੇਂ, ਤਾਂ ਸਮਝ ਲਓ ਕਿਤੇ ਨਾ ਕਿਤੇ ਆਪਣੇ ਵਿੱਚ ਵੀ ਕਮੀ ਆ। ਮੈਂ ਨਹੀਂ ਕਹਿੰਦਾ ਕੋਈ ਨਿੰਦਿਆ ਨਾ ਨਾ ਕਰੀ ਜਾਵੇ, ਕਿਉਂਕਿ ਸਾਧੂ ਸੰਤ ਦੇ ਤਾਂ ਜੇ ਮੱਥੇ 'ਤੇ ਨਿੰਦਿਆ ਲਿਖੀ ਹੋ ਤਾਂ ਉਹਦਾ ਨਾਂ ਆਉਣਾ ਜੀ ਸਾਧੂ ਸੰਤ ਦਾ। ਪਰ ਜਿਹੜੀ ਗੱਲ ਤੁਸੀਂ ਮੇਰੇ ਨਾਲ ਕਰਕੇ ਹਟੇ ਹੋ, ਕੋਈ ਵੀ ਦੇਖੋ ਹਰੇਕ ਕੈਟਾਗਰੀ ਹੈ, ਚਾਹੇ ਸਾਧੂ ਸੰਤ ਨੇ, ਹੋਰ ਬੜੀਆਂ ਲਾਈਨਾਂ ਨੇ, ਪੁਲਿਸ ਮਹਿਕਮਾ ਹੋ ਗਿਆ, ਡਾਕਟਰੀ ਮਹਿਕਮਾ ਹੋ ਗਿਆ, ਜੱਜ ਮਹਿਕਮਾ, ਜਿੰਨੇ ਵੀ ਮਹਿਕਮੇ, ਉਹ 'ਚ ਸਾਰੇ ਚੰਗੇ ਨਹੀਂ ਹੁੰਦੇ ਅਤੇ ਸਾਰੇ ਮਾੜੇ ਨਹੀਂ ਹੁੰਦੇ। ਬਿਲਕੁਲ ਜੀ, ਜਿਹੜੇ ਚੰਗੇ ਸਥਾਨ ਨੇ ਅਤੇ ਚੰਗੀਆਂ ਜਗ੍ਹਾ ਬਣੀਆਂ ਨੇ, ਤੁਹਾਨੂੰ ਜ਼ਰੂਰ ਸਾਰੀ ਸੰਗਤ ਉਹਨਾਂ ਨੇ ਦਰਸ਼ਨ ਕਰਨੇ ਚਾਹੀਦੇ। ਹਾਂਜੀ, ਅਤੇ ਜਿਹੜੀ ਗੱਲ ਰਹੀ ਬੋਲਣ ਵਾਲੀ, ਉਹ ਤੁਸੀਂ ਜੇ ਕਹੋ ਵੀ ਮੇਰੀ, ਮੈਂ ਇੰਟਰਵਿਊ 'ਚ ਬੋਲੋ ਵੀ ਕਿਸੇ ਦੀ ਨਿੰਦਿਆ ਨਾ ਕਰੋ, ਹਟਣ ਨਹੀਂ ਲੱਗੇ, ਕਿਉਂਕਿ ਉਹਨਾਂ ਦੀ ਜੋਬ ਆ, ਰੱਬ ਨੇ ਉਹਨਾਂ ਨੂੰ ਉਹ ਚੀਜ਼ 'ਤੇ ਲਾਇਆ ਹੋਇਆ ਜੀ ਵੀ ਤੇਰੇ ਕਰਮਾਂ ਦੇ ਵਿੱਚ ਆਹ ਕੁਛ ਆ, ਤੂੰ ਇਹ ਬੋਲਣਾ। ਬਿਲਕੁਲ, ਉਹ ਆਪਦੇ ਬੋਲਣ ਵਾਲੇ ਕਰਮ ਕਰ ਰਹੇ ਨੇ, ਜਿਹਨੇ ਸੇਵਾ ਕਰਨੀ ਆ ਉਹਦੇ ਸੇਵਾ ਵਾਲੇ ਕਰਮ ਕਰ। ਬਿਲਕੁਲ ਜੀ, ਬਾਕੀ ਏਪੀ ਜੀ ਜੇ ਆਪਾਂ ਗੱਲ ਕਰੀਏ ਜੀ ਕਿ ਪਿਛਲੇ ਸਾਲ ਸੰਗਤ ਕੋਈ ਕੋਈ ਹੈ, ਗਿਣਤੀ ਹੋ ਜਾਂਦੀ ਆ ਜਾਂ ਇਸ ਸਾਲ ਕੋਈ ਅਨੁਮਾਨ ਹੈ ਕਿੰਨੀ ਸੰਗਤ ਆ ਰਹੀ ਹੈ ਜਾਂ ਆ ਸਕਦੀ ਆ? ਗਿਣਤੀ ਅਸਲ ਵਿੱਚ ਹੁੰਦੀ ਹੈ ਜੀ, ਜਿੱਦਾਂ ਕੋਈ ਆਪਾਂ ਫੰਕਸ਼ਨ ਰੱਖਿਆ ਹੋਵੇ ਉੱਥੇ ਆਪਾਂ ਗਿਣਤੀ ਕਰ ਸਕਦੇ ਹਾਂ। ਇੱਥੇ ਜਿੱਦਾਂ ਅਸੀਂ 1.5 ਤੋਂ 2 ਲੱਖ ਬੰਦੇ ਦਾ ਰੋਜ਼ ਭੰਡਾਰਾ ਤਿਆਰ ਕਰਾਉਂਦੇ ਹਾਂ, ਅਸੀਂ ਉਹਦੇ ਹਿਸਾਬ ਨਾਲ ਜੱਜਮੈਂਟ ਲਾ ਸਕਦੇ ਹਾਂ। ਜੇ ਸਵੇਰੇ 1.5 ਤੋਂ 2 ਲੱਖ ਬੰਦੇ ਦਾ ਭੰਡਾਰਾ ਤਿਆਰ ਹੁੰਦਾ ਤਾਂ ਸ਼ਾਮ ਨੂੰ ਖਤਮ ਹੋ ਜਾਂਦਾ ਜੀ, ਵਾਹ ਜੀ ਵਾਹ। ਅਤੇ ਹੁਣ ਉਹ ਜੇ ਆਪਾਂ 10 ਦਿਨਾਂ 'ਤੇ ਲਾ ਲਈਏ ਤਾਂ ਦੇਖੋ ਤੁਸੀਂ ਕਿੰਨੀ ਦੁਨੀਆ ਇੱਥੇ ਆਉਂਦੀ ਹੋਊਗੀ। ਬਸ ਇੰਨਾ ਕੀ ਸਾਡੀ ਜੱਜਮੈਂਟ ਆ ਵੀ ਅਸੀਂ ਉਹ ਤਿਆਰ ਕਰ ਲੈਂਦੇ ਹਾਂ, ਸਾਨੂੰ ਪਤਾ ਹੁੰਦਾ ਵਾ ਵੀ ਆਹ ਚੀਜ਼ ਤਿਆਰ ਹੋਈ, ਇੰਨੀ ਸੰਗਤ ਖਾ ਸਕਦੀ ਹੈ। ਉਹ ਤੋਂ ਜੇ ਹੁਣ 10 ਦਿਨਾਂ ਦਾ ਆਪਾਂ ਅੰਦਾਜ਼ਾ ਲਾਈਏ ਤਾਂ ਕਈ ਲੱਖਾਂ ਦੀ ਕਦਾਰ ਨਾਲ ਸੰਗਤ ਦਿਨ ਰਾਤ ਆਈ ਜਾਂਦੀ ਹੈ, ਜਾਈ ਜਾਂਦੇ, ਆਈ ਜਾਂਦੇ, ਜਾਈ ਜਾਂਦੇ। ਬਿਲਕੁਲ 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 ਜੀ, ਭਾਵੇਂ ਕਿ ਗੱਲਾਂ ਬਹੁਤ ਸਾਰੀਆਂ ਸਨ ਪਰ ਅੱਜ ਉਹ ਗੱਲਾਂ ਇਸ ਕਰਕੇ ਨਹੀਂ ਆ, ਕਿਉਂਕਿ ਜੋ ਦਿਨ ਦਿਹਾੜੇ ਚੱਲ ਰਹੇ ਨੇ ਉਹ ਸ਼ਰਧਾ ਭਾਵਨਾ ਵਾਲੇ ਚੱਲਦੇ ਨੇ, ਛਪਾਰ ਮੇਲੇ ਦੇ ਚੱਲਦੇ ਨੇ, ਜਿੱਥੇ ਕਿ ਲੋਕ ਜਿਹੜੇ ਨੇ ਖਾਸ ਕਰਕੇ ਬਜ਼ੁਰਗ ਜਾਂ ਲੋਕ ਨੇ ਨਾ, ਉਹਨਾਂ ਨੂੰ ਮੇਲਾ ਛਪਾਰ ਬਾਰੇ ਪਤਾ ਕਰੋਗੇ ਤਾਂ ਤੁਹਾਨੂੰ ਦੱਸਣਗੇ ਕਿ ਅਹਿਮੀਅਤ ਛਪਾਰ ਮੇਲੇ ਦੀ ਹੁੰਦੀ ਕੀ ਆ, ਕਿਉਂ ਚੌਂਕੀਆਂ ਭਰੀਆਂ ਜਾਂਦੀਆਂ ਨੇ, ਕਿਉਂ ਉੱਥੇ ਜਾ ਕੇ ਮਿੱਟੀ ਕੱਢੀ ਜਾਂਦੀ ਆ, ਅਤੇ ਕਿਵੇਂ ਸ਼ਰਧਾ ਮੁਤਾਬਕ ਜਿਹੜਾ ਹੈਗਾ ਉੱਥੇ ਜਾ ਕੇ ਹਾਜ਼ਰੀ ਲੱਗਦੀ ਆ। ਇਹ ਚੀਜ਼ਾਂ ਨੇ ਜਿਵੇਂ ਬਾਰ ਬਾਰ ਕਹਿ ਰਹੇ ਹਾਂ ਕਿ ਤੁਹਾਡਾ ਸੱਭਿਆਚਾਰ ਆ, ਤੁਹਾਡਾ ਪਹਿਰਾਵਾ ਆ, ਤੁਹਾਡਾ ਖਾਣੇ ਦਾਣੇ ਨੇ, ਇੱਥੇ ਦੇਖੋ ਆ ਕੇ ਮੇਲੇ ਦੇ ਰੂਪ ਦੇ ਵਿੱਚ ਕਿ ਤੁਹਾਡਾ ਸੱਭਿਆਚਾਰ ਕੀ, ਤੁਹਾਡੇ ਮੇਲੇ ਕੀ ਹੁੰਦੇ ਸੀ। ਅੱਜ ਕੱਲ੍ਹ ਸ਼ਾਇਦ ਕਿਤਾਬਾਂ ਦੇ ਵਿੱਚ ਛਪਾਰ ਮੇਲੇ ਦੇ ਪਾਠ ਪੜ੍ਹਾਏ ਜਾਂਦੇ ਹੋਣ ਜਾਂ ਨਹੀਂ, ਪਰ ਬਚਪਨ ਤੋਂ ਅਸੀਂ ਪੜ੍ਹਦੇ ਆਏ ਹਾਂ ਕਿ ਛਪਾਰ ਮੇਲੇ ਦੀ ਅਹਿਮੀਅਤ ਕੀ ਆ, ਕਿਵੇਂ ਛਪਾਰ ਮੇਲੇ ਜਿਹੜੇ ਅਜਿਹੇ ਹੋਰ ਮੇਲੇ ਨੇ ਕਿਵੇਂ ਪੰਜਾਬ ਦੇ ਸੱਭਿਆਚਾਰ ਨੂੰ ਸਾਂਭੀ ਬੈਠਣ। ਜੇਕਰ ਤੁਸੀਂ ਵੀ ਚਾਹੁੰਦੇ ਹੋ ਛਪਾਰ ਮੇਲੇ ਆਉਣ ਅਤੇ ਇੱਥੇ ਆਪਣੇ ਬੱਚਿਆਂ ਨੂੰ ਜਾਣੂ ਕਰਵਾਉਣ ਤਾਂ ਜ਼ਰੂਰ ਵਿਜ਼ਿਟ ਕਰਿਓ। ਜਿਵੇਂ ਬਾਬਾ ਜੀ ਨੇ ਕਿਹਾ ਕਿ 3 ਦਿਨ ਤਾਂ ਜ਼ਰੂਰ ਚੱਲੇਗਾ ਅਤੇ ਬਾਕੀ ਇਹ 1.5 ਮਹੀਨਾ ਜਿਹੜਾ ਹੈਗਾ ਇਸੇ ਪ੍ਰਕਾਰ ਚੱਲਦਾ ਰਹੇਗਾ। ਤੁਸੀਂ ਆਪਣੇ ਮਨਪਸੰਦ ਕਿਸੇ ਵੀ ਦਿਨ ਰਾਤ ਇੱਥੇ ਆ ਕੇ ਆਪਣੇ ਸ਼ਰਧਾ ਮੁਤਾਬਕ ਹਾਜ਼ਰੀ ਲਗਵਾ ਸਕਦੇ ਹੋ, ਆਪਣੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜ ਸਕਦੇ ਹੋ ਅਤੇ ਇਹਨਾਂ ਮੇਲਿਆਂ ਦਾ, ਇਹਨਾਂ ਵੱਡੇ ਦਿਨਾਂ ਦਾ ਹਿੱਸਾ ਬਣ ਸਕਦੇ ਹੋ। ਕਿਵੇਂ ਦੀ ਲੱਗੀ ਪੂਰੀ ਕਵਰੇਜ ਜਾਂ ਵੀਡੀਓ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਸਾਂਝੇ ਕਰਿਓ ਤਾਂ ਜੋ ਅਸੀਂ ਹੋਰ ਅਜਿਹੀਆਂ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ। ਅਤੇ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਠਹਿਰਨ ਲਈ। ਛਪਾਰ ਮੇਲਾ ਅਹਿਮਦਗੜ੍ਹ ਤੋਂ ਕੈਮਰਾਮੈਨ ਅਮਨਦੀਪ ਦੇ ਨਾਲ ਸੁੱਖਾ ਖਿੜੀਵਾਲਾ। ਇਹ ਬਾਬਾ ਸਿੱਧ ਸੁਲੱਖਣ ਜੋ ਕਿ ਜੱਟ ਪਰਿਵਾਰ ਦੇ ਵਿੱਚ ਪੈਦਾ ਹੋਏ ਬਾਬਾ ਜੀ ਦਾ ਸਿੱਖੋਂ ਗੋਤ ਆ ਜੀ, ਅਤੇ ਗੁੱਗਾ ਜ਼ਹਿਰ ਪੀਰ ਅਤੇ ਬਾਬਾ ਸਿੱਧ ਸੁਲੱਖਣ ਜੀ ਦੀ
ਕਿਰਪਾ ਨਾਲੇ ਜਿਹੜਾ ਦਰਬਾਰ 'ਤੇ ਮੇਲਾ ਲੱਗਦਾ ਵਾ ਹਰ ਸਾਲ, ਅਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ, ਅਤੇ ਹਰੇਕ ਸਾਲ ਇੱਥੇ ਆ ਕੇ ਆਪਣਾ ਸ਼ੁਕਰੀਆ ਅਦਾ ਕਰਕੇ ਜਾਂਦੇ ਨੇ। ਅਤੇ ਬਾਹਰੋਂ ਸੰਗਤਾਂ ਆਉਂਦੀਆਂ ਫੋਰਨ ਤੋਂ, ਕਨੇਡਾ, ਅਮਰੀਕਾ, ਇੰਗਲੈਂਡ, ਜਿੰਨੀਆਂ ਕੰਟਰੀਆਂ, ਅਤੇ ਹਰੇਕ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ। ਲੋਕ ਬਹੁਤ ਸ਼ਰਧਾ ਭਾਵਕ ਨਾਲ ਇਹ ਮੇਲਾ ਮਨਾਉਂਦੇ ਆ, ਅਤੇ ਬੜੀ ਦੂਰੋਂ ਦੂਰੋਂ ਸੰਗਤ ਜੁੜੀ ਹੋਈ ਹੈ ਦਰ। ਪਰ ਵੱਡੀ ਗੱਲ ਜੇ ਆਪਾਂ ਗੱਲ ਕਰੀਏ ਜੀ, ਫਿਲਮਾਂ ਦੇ ਵਿੱਚ ਹੀ ਅਸੀਂ ਉਹ ਪੁਰਾਣਾ ਰੰਗਲਾ ਪੰਜਾਬ ਦੇਖਦੇ ਹਾਂ, ਪਰ ਅਸਲ ਦੇ ਵਿੱਚ ਹਾਲੇ ਵੀ ਅਜਿਹੇ ਮੇਲੇ ਜਾਂ ਅਜਿਹੀਆਂ ਧਾਰਮਿਕ ਸਥਲ ਨੇ ਜਿੱਥੇ ਤੁਹਾਨੂੰ ਅਸਲ ਪੰਜਾਬ ਨਜ਼ਰ ਆਉਂਦਾ ਹੈ। ਪਰ ਛਪਾਰ ਦਾ ਮੇਲਾ ਉਹ ਮੇਲਾ ਵਾ ਜਿੱਥੇ ਤੁਸੀਂ ਪੰਜਾਬ ਰੰਗਲਾ ਹੀ ਦੇਖ ਸਕਦੇ ਹੋ, ਤੁਸੀਂ